ਵੈਲਕਮ ਮਾਈ ਡੀਅਰ ਸਟੂਡੈਂਟਸ ਬੇਟਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਚੈਪਟਰ ਨੰਬਰ 7 ਐਲਜਬਰਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਨੇ ਆ ਬੱਚਾ ਬੀਜ ਗਣਿਤ ਠੀਕ ਹੈ ਇਹ ਚੈਪਟਰ ਸਟਾਰਟ ਕਰ ਰਹੇ ਹਾਂ ਬਹੁਤ ਧਿਆਨ ਨਾਲ ਇਸ ਚੈਪਟਰ ਨੂੰ ਦੇਖਣਾ ਹੈ ਸਮਝਣਾ ਹੈ ਤੇ ਆਪਣੇ ਆਸ-ਪਾਸ ਨਾਲ ਵੀ ਇਹਨੂੰ ਥੋੜਾ ਰਿਲੇਟ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਜਿਹੜੀਆਂ ਨੈਕਸਟ ਕਲਾਸਿਸ ਆਣਗੀਆਂ ਤੁਹਾਨੂੰ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਕਿਉਂਕਿ ਇੱਥੋਂ ਆਪਾਂ ਇਹ ਸ਼ੁਰੂਆਤ ਕਰ ਰਹੇ ਹਾਂ ਤਾਂ ਦੇਖਦੇ ਹਾਂ ਅਲਜੈਬਰਾ ਹੈ ਕੀ ਹੈ ਸਭ ਤੋਂ ਪਹਿਲਾਂ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਸਟਾਰਟ ਕਰ ਰਹੇ ਹਾਂ ਤਾਂ ਬੇਟਾ ਦੇਖੋ ਤੁਸੀਂ ਹੁਣ ਤੱਕ ਬਹੁਤ ਸਾਰੇ ਨੰਬਰਸ 0 1 2 3 네ਗੇਟਿਵ ਨੰਬਰਸ ਵੀ ਤੁਸੀਂ ਲਿਖੇ ਹਨਾ ਤੇ ਉਹਨਾਂ ਦੀ ਤੁਸੀਂ ਐਡੀਸ਼ਨ ਕੀਤੀ ਜੋੜ ਸਬਟ੍ਰੈਕਸ਼ਨ ਘਟਾਓ ਮਲਟੀਪਲੀਕੇਸ਼ਨ ਗੁਣਾ ਡਿਵੀਜ਼ਨ ਭਾਗ ਇਹ ਸਾਰਾ ਕੁਝ ਤੁਸੀਂ ਕੀਤਾ ਜਿਹਨੂੰ ਕਿ ਕੀ ਕਹਿੰਦੇ ਆ ਅਰਿਥਮੈਟਿਕ ਕੀ ਕਹਿੰਦੇ ਆ arithmetic ਜੇ ਹੁਣ ਆਪਾਂ 2 ਡਾਈਮੈਨਸ਼ਨਲ 3 ਡਾਈਮੈਨਸ਼ਨਲ ਫਿਗਰਸ ਦੇਖੀਆਂ ਤੁਸੀਂ ਕੋਈ ਸਰਕਲ ਬਣਾਇਆ ਸਕੁਅਰ ਬਣਾਇਆ ਜਾਂ ਫਿਰ ਤੁਸੀਂ ਕਯੂਬ ਬਣਾਇਆ ਹਨਾ ਇਹ ਹੋ ਗਈਆਂ 2 ਡੀ ਫਿਗਰਸ ਇਹ ਹੁੰਦੀਆਂ ਨੇ 3 ਡੀ ਫਿਗਰਸ ਤੇ ਇਸ ব্রাঞ্চ ਨੂੰ ਆਪਾਂ ਕੀ ਕਹਿੰਦੇ ਆ ਜੀਓਮੈਟਰੀ ਠੀਕ ਹੈ ਕੀ ਕਹਿੰਦੇ ਆ ਜੀਓਮੈਟਰੀ ਤਾਂ ਹੁਣ ਅਸੀਂ ਕੀ ਸਟਾਰਟ ਕਰਨਾ ਹੈ ਕਹਿੰਦੇ ਆਪਾਂ ਇੱਕ ਨਵੀਂ ব্রাঞ্চ ਸ਼ੁਰੂ ਕਰ ਰਹੇ ਹਾਂ ਅਲਜਬਰਾ ਬੀਜ ਗਣਿਤ ਇਹ ਕਿੱਥੋਂ ਦਾ ਵਰਡ ਹੈ ਅਰੇਬਿਕ ਵਰਡ ਅਰਬ ਭਾਸ਼ਾ ਚੋਂ ਲਿੱਤਾ ਗਿਆ ਜਿਸ ਦਾ ਮਤਲਬ ਹੁੰਦਾ ਹੈ ਬ੍ਰਿੰਗਿੰਗ ਟੁਗੇਦਰ ਬ੍ਰੋਕਨ ਪਾਰਟਸ ਟੁੱਟੇ ਹੋਏ ਹਿੱਸਿਆਂ ਨੂੰ ਇਕੱਠਾ ਕਰਨਾ ਬ੍ਰਿੰਗਿੰਗ ਟੁਗੇਦਰ ਨੇੜੇ ਲੈ ਕੇ ਆਉਣਾ ਠੀਕ ਹੈ ਤਾਂ ਅਲਜੈਬਰਾ ਦੇ ਵਿੱਚ ਆਪਾਂ ਸਿੱਖਣਾ ਕੀ ਕੀ ਹੈ ਸਭ ਤੋਂ ਪਹਿਲੀ ਗੱਲ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਲਿਟਰਲਸ ਵੇਰੀਏਬਲਸ ਪੰਜਾਬੀ ਵਿੱਚ ਕਹਿੰਦੇ ਆ ਚਲ ਠੀਕ ਹੈ ਦੀਜ਼ ਲੈਟਰਸ ਇਨ ਅਲਜੇਬਰਾ ਰਿਪਰੈਜ਼ੈਂਟ ਅਨਨੋਨ ਨੰਬਰਸ ਜਿਨਾਂ ਨੂੰ ਆਪਾਂ ਨਹੀਂ ਜਾਣਦੇ ਜੇ ਹੁਣ ਆਪਾਂ ਐਕਸ ਲਿਖ ਲਈਏ ਦੈਨ ਵਾਟ ਇਜ਼ ਐਕਸ ਕੀ ਮਤਲਬ ਹੈ ਇਹਦਾ ਕੀ ਵੈਲਿਊ ਹੈ ਇਹਦੀ ਤਾਂ ਆਪਣੇ ਲਈ ਤਾਂ ਇਹ ਅਨਨੋਨ ਹੈ ਨਾ ਤਾਂ ਇਸ ਕਰਕੇ ਇਹਨੂੰ ਕਹਿੰਨੇ ਹੁੰਦੇ ਆ ਬੇਟਾ ਇਹ ਚਾਲ ਹੈ ਵੇਰੀਏਬਲ ਹੈ ਠੀਕ ਤਾਂ ਇਹਨੂੰ ਆਪਾਂ ਹੋਰ ਅੱਗੇ ਸਮਝਾਂਗੇ ਜਦੋਂ ਸਮ ਕਰਾਂਗੇ ਅਗਲਾ ਦੇਖੋ ਕੀ ਤੁਹਾਨੂੰ ਦਿਖਾ ਰਹੇ ਹੈ ਚੈਪਟਰ ਆਈਡੈਂਟੀਫਾਈਂਗ ਪੈਟਰਨਸ ਇਹਦੇ ਵਿੱਚ ਕੀ ਹੈ ਮੈਚ ਸਟਿਕਸ ਮਾਚਿਸ ਦੀਆਂ ਤਿੱਲੀਆਂ ਯੂਜ਼ ਕੀਤੀਆਂ ਹੋਈਆਂ ਜਦੋਂ ਇੱਕ ਟ੍ਰੈਂਗਲ ਬਣਾਈ ਦੇਖੋ ਇੱਕ ਟ੍ਰੈਂਗਲ ਬਣਾਈ ਹੈ ਨਾ ਤਾਂ ਕਿੰਨੀਆਂ ਮਾਚਿਸ ਦੀਆਂ ਤਿੱਲੀਆਂ ਯੂਜ਼ ਕੀਤੀਆਂ ਨੇ 3 ਫਿਰ ਉਸਨੇ ਉਸ ਟ੍ਰੈਂਗਲ ਦੇ ਨਾਲ ਇੱਕ ਹੋਰ ਟ੍ਰੈਂਗਲ ਬਣਾ ਲਿਆ ਹੁਣ ਇਹਦੇ ਵਿੱਚ ਵੀ 3 ਮੈਚ ਸਟਿਕ ਯੂਜ਼ ਕੀਤੀਆਂ ਸੀ ਇਹਦੇ ਵਿੱਚ ਵੀ ਤਾਂ ਟੋਟਲ ਕਿੰਨੀਆਂ ਯੂਜ਼ ਕਰ ਲਈਆਂ ਸੈਕਿੰਡ ਪੈਟਰਨ ਦੇ ਵਿੱਚ 6 ਤੇ ਜੇ ਆਪਾਂ ਤਿੰਨ ਬਣਾਉਣੀਆਂ ਹੋਣ ਤਾਂ 3 3 6 ਤੇ 3 ਨੋ ਤਾਂ ਤੀਸਰੇ ਪੈਟਰਨ ਦੇ ਲਈ ਆਪਾਂ ਨੂੰ ਕਿੰਨੀਆਂ ਮਾਚਿਸ ਦੀਆਂ ਤਿਲੀਆਂ ਯੂਜ਼ ਕਰਨੀਆਂ ਪਈਆਂ 9 ਤਾਂ ਦੇਖੋ ਨੇ ਇੱਕ ਟੇਬਲ ਬਣਾਤਾ ਕਿ ਤੁਸੀਂ ਇੱਕ ਬਣਾਣੀ ਹੈ ਤਾਂ ਤਿੰਨ ਤਿਲੀਆਂ ਲੱਗਣਗੀਆਂ ਦੋ ਬਣਾਣੀਆਂ ਤਾਂ 6 ਲੱਗਣਗੀਆਂ ਤਾਂ ਸੋਨ ਆਪਾਂ ਜਿੰਨੀਆਂ ਵੀ ਬਣਾਉਣੀਆਂ ਹੋਣਗੀਆਂ ਉਹਨੀਆਂ ਨੂੰ ਤਿੰਨ ਨਾਲ ਗੁਣਾ ਕਰ ਲਾਂਗੇ ਠੀਕ ਪਰ ਕੁਐਸਚਨ ਅਰਾਈਜ਼ਸ ਕੁਐਸਚਨ ਪੈਦਾ ਹੁੰਦਾ ਹੈ ਕਿ ਜੇ ਆਪਾਂ n ਟ੍ਰੈਂਗਲਸ ਬਣਾਉਣੀਆਂ ਨੇ ਫਿਰ ਕੀ ਕਰਾਂਗੇ ਤਾਂ ਤੁਹਾਨੂੰ ਯਾਦ ਹੋਊਗਾ ਕਿ ਤੁਸੀਂ ਇੱਕ ਟ੍ਰੈਂਗਲ ਬਣਾਉਣ ਲਈ ਕਿੰਨੀਆਂ ਮੈਚਸਟਿਕ ਯੂਜ਼ ਕੀਤੀਆਂ ਸੀ 3 ਤੁਸੀਂ ਕਿੰਨੇ ਟ੍ਰੈਂਗਲ ਬਣਾਉਣੇ ਨੇ n ਤਾਂ 3 ਨੂੰ n ਨਾਲ ਮਲਟੀਪਲਾਈ ਕਰ ਦਾਂਗੇ ਤਾਂ ਉਹ ਬਣਨਗੀਆਂ 3n ਟ੍ਰੈਂਗਲਸ 3n ਤ੍ਰਿਪੂਜਮ ਸਮਝ ਆਇਆ ਬੇਟਾ ਤਾਂ n ਇਸ ਐਨ ਐਗਜ਼ਾਮਪਲ ਆਫ ਵੇਰੀਏਬਲ n ਕਿਸ ਦੀ ਉਦਾਹਰਣ ਹੈ ਚਾਲ ਦੀ ਇਟਸ ਵੈਲਿਊ ਇਜ਼ ਨਾਟ ਫਿਕਸਡ ਇਹਦੀ ਜਿਹੜੀ ਵੈਲਿਊ ਹੈ ਇਹਦਾ ਜਿਹੜਾ ਮੁੱਲ ਹੈ ਉਹ ਸਥਿਰ ਨਹੀਂ ਹੈ ਜਿਸਥਿਰ ਨਹੀਂ ਹੈ ਤਾਂ ਕੀ ਹੈ ਅਸਥਿਰ ਇਟ ਕੈਨ ਟੇਕ ਐਨੀ ਵੈਲਿਊ ਕਹਿੰਦੇ ਗਿਣਤੀ ਦੇ ਕਿਸੇ ਵੀ ਅੱਖਰ ਦੀ ਵੈਲਿਊ ਇਹ ਲੈ ਸਕਦਾ ਹੈ ਨੈਕਸਟ ਤੁਹਾਡੇ ਕੋਲ ਆਇਆ ਬੇਟਾ ਵੇਰੀਏਬਲਸ ਐਂਡ ਕਨਸਟੈਂਟਸ ਵੇਰੀਏਬਲਸ ਤਾਂ ਆਪਾਂ ਹੁਣੀ ਹੁਣੀ ਪੜ ਕੇ ਚੁੱਕੇ ਆ ਚੰਲ ਸਮਝਿਆ ਨਾ ਹੁਣੀ 2 ਮਿੰਟ ਪਹਿਲਾਂ ਕਨਸਟੈਂਟਸ ਕੀ ਹੁੰਦੇ ਨੇ ਫਿਰ ਅਚਲ ਤਾਂ ਬੱਚੇ ਇਹਨਾਂ ਦੇ ਵਿੱਚ ਡਿਫਰੈਂਸ ਸਮਝੋ Letter, value of letter is not fixed. It can take any numerical value such that 1, 2, 3 and so on. The letters which stand for unknown numbers and can take any numerical value are called variables. In other words, a letter whose value varies is called a variable. The Punjabi, samjo, can they ਵੀ ਜਿਹੜੀ ਵੈਲਿਊ ਹੁੰਦੀ ਆ ਚੱਲ ਦੀ ਉਹ ਫਿਕਸ ਨਹੀਂ ਹੁੰਦੀ ਠੀਕ ਹੈ ਤੇ ਇਹਨੂੰ ਆਪਾਂ 1 2 3 4 ਦੁਨੀਆ ਦੀ ਕੋਈ ਮਰਜ਼ੀ ਨੰਬਰ ਇਹਦੇ ਵਿੱਚ ਭਰ ਸਕਦੇ ਆ ਠੀਕ ਤਾਂ ਜਿਹੜਾ ਲੈਟਰ ਆ ਉਹਨੂੰ ਆਪਾਂ ਅਨਨੋਨ ਕਹਿੰਦੇ ਆ ਇਹ ਸਾਨੂੰ ਨਹੀਂ ਪਤਾ ਨੰਬਰ ਤੇ ਇਸੇ ਕਰਕੇ ਉਸ ਦਾ ਨਾਮ ਰੱਖਿਆ ਚੱਲ ਚੱਲ ਦੀ ਜਿਹੜੀ ਵੈਲਿਊ ਹੈ ਉਹ ਬਦਲਦੀ ਰਹਿੰਦੀ ਹੈ ਇਸ ਕਰਕੇ ਇਸ ਨੂੰ ਚੱਲ ਕਹਿੰਦੇ ਆ ਠੀਕ ਹੈ ਨੈਕਸਟ ਕਨਸਟੈਂਟ ਕਿਹਨੂੰ ਕਹਿੰਦੇ ਆ ਜਿਹੜੀ ਵੀ ਗਿਣਤੀ ਦੇ ਅੱਖਰ ਨੇ ਜਿਨ੍ਹਾਂ ਦੀ ਵੈਲਿਊ ਫਿਕਸ ਰਹਿੰਦੀ ਹੈ ਫਿਕਸਡ ਨੰਮਰਿਕਲ ਵੈਲਿਊ ਦੇਖੋ ਉਹਨੂੰ ਆਪਾਂ ਕਹਿੰਦੇ ਆ ਕਨਸਟੈਂਟ ਹੁਣ ਅਲਜੈਬਰਾ ਦਾ मीनिंग ਦੇਖੋ ਐਸ ਨੰਬਰਸ ਆਰ ਦਾ ਫਾਊਂਡੇਸ਼ਨ ਸਟੋਨਸ ਆਫ ਅਰਿਥਮੈਟਿਕ ਵੇਰੀਏਬਲਸ ਆਰ ਦਾ ਫਾਊਂਡੇਸ਼ਨ ਸਟੋਨਸ ਆਫ ਅਲਜੈਬਰਾ ਜਿਵੇਂ ਕਹਿੰਦੇ ਆਪਾਂ ਗਿਣਤੀ ਦੇ ਅੱਖਰ ਸਿੱਖੇ ਸੀ ਉਹ ਅਰਿਥਮੈਟਿਕ ਸ਼ਾਖਾ ਹੈ ਜਿਹੜੀ ਮੈਥ ਦੀ ਉਹਦੀ ਨੀਂਹ ਹੈ ਤੇ ਜਿਹੜਾ ਆਪਾਂ ਅਲਜੈਬਰਾ ਕਿਹਾ ਹੈ ਉਹ ਵੇਰੀਏਬਲਸ चल ने जेडे नींव है ठीक है जी एना समझ आ गया हूँ देखते छोटी जी एग्जैंपल भी देख लीए देर आर इग्जैम्पल थ्री है बेटा टैलीफोन सैट गि रूल टू फाइन द टोटल नंबर ऑफ कीस इन दर्मसोन सैट्स तो मतलब है क्या ਇੱਕ ਟੈਲੀਫੋਨ ਸੈੱਟ ਦੇ ਉੱਪਰ 16 ਕੀਜ਼ ਨੇ 16 ਉਹ ਖਾਨੇ ਨੇ 1 2 3 1 ਐਵੇਂ ਲਿਖੇ ਹੋਏ ਤਾਂ ਕਹਿੰਦੇ ਤੁਸੀਂ ਇੱਕ ਰੂਲ ਬਣਾਓ ਇੱਕ ਨਿਯਮ ਬਣਾਓ ਜਿਹਦੇ ਵਿੱਚ 30 ਜਿਹੜਾ ਹੈ ਨੰਬਰ ਆਫ ਸੈੱਟਸ ਦਿੱਤੇ ਹੋਏ ਨੇ ਤੁਹਾਨੂੰ ਤੇ ਉਹਦੇ ਤੇ ਕਿੰਨੀਆਂ ਕੀਜ਼ ਹੋਣਗੀਆਂ ਕਿੰਨੇ ਉਹ ਖਾਨੇ ਹੋਣਗੇ ਤਾਂ ਟੋਟਲ ਨੰਬਰ ਆਫ ਕੀਜ਼ ਕਿੰਨੇ ਹੋਣਗੇ ਬੇਟਾ ਜਿੰਨੇ ਤੁਹਾਡੇ ਇੱਕ ਸੈੱਟ ਤੇ ਨੇ ਗੁਣਾ ਜਿੰਨੇ ਤੁਹਾਨੂੰ ਸੈੱਟ ਦਿੱਤੇ ਗਏ ਨੇ ਮਤਲਬ ਇੱਕ ਟੈਲੀਫੋਨ ਸੈੱਟ ਦੇ ਉੱਪਰ ਬਣਿਆ ਹੋਇਆ 1 2 3 ਐਦਾ ਕੀਬੋਰਡ ਤਾਂ ਤੁਹਾਨੂੰ ਇਹ T ਦੇਤੇ ਆਪਾਂ ਉਹਨੇ ਪਤਾ T ਕਿੰਨਾ ਹੁੰਦਾ ਜਿਵੇਂ 1 ਐ 2 ਐ 3 ਐ ਤਾਂ ਸੋਮਨ ਕਰਦੇ ਤੁਹਾਨੂੰ T ਸੈੱਟ ਦੇਤੇ ਤਾਂ ਤੁਹਾਨੂੰ T ਨੂੰ ਕਿਹਦੇ ਨਾਲ ਗੁਣਾ ਕਰਨਾ ਹੈ ਜਿੰਨਾ ਇੱਕ ਦੇ ਉੱਪਰ ਕੀਜ਼ ਨੇ ਕਿੰਨੀਆਂ ਨੇ 16 ਤਾਂ T ਨੂੰ 16 ਨਾਲ ਗੁਣਾ ਕਰਾਂਗੇ ਤਾਂ ਆਪਣਾ ਆਨਸਰ ਆ ਜਾਊਗਾ 16T ਇਹ ਲਿਖਣ ਦਾ ਇੱਕ ਮੈਥਡ ਹੁੰਦਾ ਬੇਟਾ ਗਿਣਤੀ ਦਾ ਅੱਖਰ ਆਪਾਂ ਪਹਿਲਾਂ ਲਿਖਣਾ ਹੁੰਦਾ ਤੇ ਜਿਹੜਾ ਇੰਗਲਿਸ਼ ਦਾ ਅੱਖਰ ਹੈ ਜੋ ਚਾਹ ਲੈ ਉਹ ਆਪਾਂ ਪਿੱਛੇ ਲਿਖਣਾ ਹੁੰਦਾ ਠੀਕ ਹੈ ਤਾਂ ਹੁਣ ਤੁਸੀਂ ਐਗਜ਼ਾਮ ਆਪਣੀ ਐਕਸਰਸਾਈਜ਼ ਦੇਖੋ ਨਾਲ ਦੀ ਨਾਲ ਮੇਰੇ ਕੁਐਸਚਨਸ ਕਰਦੇ ਰਹੋ ਹਾਂਜੀ ਫਰਸਟ ਕੁਐਸਚਨ ਹੈਗਾ ਫਾਈਂਡ ਦਾ ਰੂਲ ਵਿਚ ਗਿਵਸ ਦਾ ਨੰਬਰ ਆਫ ਮੈਥ ਸਟਿਕਸ ਰਿਕੁਆਇਰਡ ਟੂ ਮੇਕ ਦਾ ਫਾਲੋਇੰਗ ਐਨ ਮੈਥ ਸਟਿਕ ਪੈਟਰਨਸ ਤਾਂ ਬੇਟਾ ਦੇਖੋ ਪੰਜਾਬੀ ਦੇ ਵਿੱਚ ਕੀ ਹੈ ਤੁਹਾਨੂੰ ਇੱਕ ਪੈਟਰਨ ਬਣਾ ਕੇ ਦਿੱਤਾ ਹੋਇਆ ਕਹਿੰਦੇ ਇਹੋ ਜਿਹੀ ਤੁਸੀਂ ਐਨ ਬਣਾਉਣੇ ਨੇ ਤਾਂ ਸਾਰਿਆਂ ਦੇ ਵਿੱਚ ਕਿੰਨੇ ਬਣਾਉਣੇ ਨੇ ਐਨ ਪੈਟਰਨ ਬਣਾਉਣੇ ਨੇ ਤਾਂ ਯੂਜ਼ ਐ ਵੇਰੀਏਬਲ ਟੂ ਰਾਈਟ ਦਾ ਰੂਲ ਤਾਂ ਆਪਾਂ ਵੇਰੀਏਬਲ ਕਿਹੜਾ ਯੂਜ਼ ਕਰਨਾ ਹੈ ਉਹਨਾਂ ਨੇ ਐਂ ਨਹੀਂ ਕਹਤਾ ਕਿ ਐਨ ਪੈਟਰਨ ਬਣਾਉਣੇ ਨੇ ਤੁਸੀਂ ਕੀ ਕਰਨਾ ਹੈ ਸਿਰਫ ਮੈਟ੍ਰਿਕਸ ਗਿਨੋ ਕਿੰਨੀਆਂ ਯੂਜ਼ ਕੀਤੀਆਂ ਨੇ ਇਹਦੇ ਵਿੱਚ 1 ਤੇ 2 ਤਾਂ ਕੀ ਰੂਲ ਬਣ ਜੂਗਾ ਰੂਲ ਇਜ਼ 2 ਮਲਟੀਪਲਾਈ ਐਨ ਤਾਂ ਕੀ ਬਣ ਗਿਆ 2ਐਨ ਕਿੰਨਾ ਸੌਖਾ ਸੀ ਹੈਨਾ ਮਜ਼ਾ ਆਇਆ ਚਲੋ ਨੈਕਸਟ ਹਮ ਕਰਦੇ ਆ ਇਹ ਜ ਮੈਟ੍ਰਿਕਸ ਗਿਨੋ 1 2 3 ਐਂਡ 4 ਈ ਬਣਾਉਣ ਲਈ ਇੱਕ ਈ ਬਣਾਉਣ ਲਈ ਕਿੰਨੀਆਂ ਮਾਤੀਸਾਂ ਤੇਲੀਆਂ ਯੂਜ਼ ਹੋਈਆਂ ਨੇ 4 ਤੁਸੀਂ ਕਿੰਨੀਆਂ ਬਣਾਉਣੀਆਂ ਨੇ ਹੁਣੇ-ਹੁਣੀ ਉਹਨੇ ਦੱਸਿਆ ਸੀ n ਤਾਂ ਇਹਦਾ ਰੂਲ ਕੀ ਬਣੂਗਾ 4 n ਮਤਲਬ 4n ਹੁਣ ਮੇਰੇ ਨੈਕਸਟ ਲਸਣ ਦੀ ਲੋੜ ਹੈ ਹਾਂ ਕਈਆਂ ਦੇ ਸਿਰ ਖੁੱਲ ਰਹੇ ਨੇ ਕਿ ਨਹੀਂ ਮੈਡਮ ਅਸੀਂ ਤਾਂ ਆਪੇ ਕਰ ਲਾਂਗੇ ਚਲੋ ਠੀਕ ਹੈ ਫਿਰ ਆਪਣੇ ਆਪ ਮੇਰੇ ਤੋਂ ਪਹਿਲਾਂ ਕਰ ਲਓ ਨੇਮਸ ਮੈਕਸ 6 1 2 3 ਰੂਲ ਇਜ਼ 3n 1 2 3 ਰੂਲ 3n ਐਸ ਦੇ ਵਿੱਚ ਗਿਨੋ 1 2 3 4 5 ਤਾਂ ਇਹਦਾ ਕਿੰਨਾ ਰੂਲ ਹੋ ਜਾਏਗਾ 5n ਠੀਕ ਹੈ ਬੇਟਾ ਦੇਖੋ ਆਪਾਂ ਐਸ ਬਣਾਉਣੀ ਆ 1 2 3 4 5 ਯੂਜ਼ ਕੀਤੀ ਸੀ ਹੁਣ ਆਪਾਂ ਜੇ ਦੂਜੀ ਐਸ ਇਹਦੇ ਨਾਲ ਬਣਾਉਣੀ ਆ ਪੈਟਰਨ ਪੂਰਾ ਕਰ ਰਹੇ ਆ ਤਾਂ 5 ਹੋਰ ਲੱਗੇ ਤੀਜੀ ਐਸ ਬਣਾਉਣੀ ਆ ਤਾਂ ਹੋਰ ਲੱਗੇ 5 5 5 15 ਉੰਜਾਪਾ 3 ਬਣਾਉਣੇ ਸੀ ਤਾਂ ਪੱਤੀ ਨੇ ਨੂੰ 15 5 ਨਾਲ ਗੁਣਾ ਕਰ ਦਾਂਗੇ ਹਨਾ ਜੇ ਆਪਾਂ ਬਣਾਉਣੀ ਐਨ ਨਹੀਂ ਫਿਰ ਐਨ ਨੂੰ ਹੀ 5 ਨਾਲ ਗੁਣਾ ਕਰਨੀ ਪਊਗੀ ਕਲੀਅਰ ਹੋਈ ਥੋੜੀ ਗੱਲ ਨੈਕਸਟ ਕੁਐਸਚਨ ਕਰਦੇ ਆ ਹੋਰ ਜ਼ਿਆਦਾ ਕਲੀਅਰ ਹੋਊਗੀ ਹਾਂਜੀ ਨੈਕਸਟ ਦੇਖੋ ਸਟੂਡੈਂਟਸ ਆਰ ਸਿਟਿੰਗ ਇਨ ਰੋਜ਼ ਬੱਚੇ ਸਾਰੇ ਨੇ ਜਿਹੜੇ ਉਹ ਕਤਾਰਾਂ ਚ ਬੈਠੇ ਨੇ ਤੇ ਦੇ ਆਰ 12 ਸਟੂਡੈਂਟਸ ਇਨ ਅ ਰੋ ਇੱਕ ਰੋ ਦੇ ਵਿੱਚ 12 ਬੱਚੇ ਬੈਠੇ ਨੇ 1 2 3 4 5 6 7 8 9 10 11 12 ਵਿੱਚ ਵਾਟ ਇਜ਼ ਦਾ ਰੋਲ ਵਿੱਚ ਗੀਵਸ ਦਾ ਨੰਬਰ ਆਫ ਸਟੂਡੈਂਟਸ ਇਨ ਐਨ ਰੋਸ ਤੇ ਇਹ ਜੀਆਂ ਕਿੰਨੀਆਂ ਬਣਾਉਣੀਆਂ ਨੇ ਆਪਾਂ ਐਨ ਰੋਸ ਬਣਾਉਣੀਆਂ ਨੇ ਠੀਕ ਹੈ ਤਾਂ ਉਹਦੇ ਵਿੱਚ ਫਿਰ ਕਿੰਨੇ ਸਟੂਡੈਂਟਸ ਹੋਣਗੇ ਤਾਂ ਬੇਟਾ ਇੱਕ ਰੋ ਦੇ ਵਿੱਚ ਕਿੰਨੇ ਨੇ 12 ਤੁਸੀਂ ਕਿੰਨੀਆਂ ਰੋਸ ਬਣਾਉਣੀਆਂ ਨੇ ਐਨ ਤਾਂ ਕੀ ਬਣੂਗਾ ਕਿੰਨੇ ਹੋਣਗੇ ਐਨ ਇੰਟੂ 12 ਮਤਲਬ ट्वेल्व एन अगे की लिखोंगे क्योंकि आप पूरा करना है रिटर्न सम में नंबर ऑफ स्टूडेंट्स इन एन रोज पंजाबी की लिखोंगे एन कतार विद्यार्थियों की संख्या सौखा सी नैक्सट करते हैं the teacher distributed three pencils to a student ਇੱਕ ਟੀਚਰ ਨੇ ਬੱਚੇ ਨੂੰ ਕਿੰਨੀਆਂ ਪੈਨਸਲਾਂ ਦਿੱਤੀਆਂ ਤਿੰਨ ਵਾਟ ਇਜ਼ ਦਾ ਰੂਲ ਵਿਚ ਗਿਵਸ ਦਾ ਨੰਬਰ ਆਫ ਪੈਨਸਲਸ ਇਫ ਦੇਅਰ ਆਰ ਏ ਨੰਬਰ ਆਫ ਸਟੂਡੈਂਟਸ ਹੁਣ ਬੇਟਾ ਇੱਕ ਬੱਚੇ ਨੂੰ ਕਿੰਨੀਆਂ ਪੈਨਸਲਾਂ ਦਿੱਤੀਆਂ ਤਿੰਨ ਦੋ ਨੂੰ ਕਿੰਨੀਆਂ ਦਵਾਂਗੇ ਛੇ ਤਿੰਨ ਨੂੰ ਕਿੰਨੀਆਂ ਦਵਾਂਗੇ ਨੌ ਤਾਂ ਜਿੰਨੇ ਬੱਚਿਆਂ ਨੂੰ ਆਪਾਂ ਪੈਨਸਲਸ ਦੇਣੀਆਂ ਨੇ ਉਹਨਾਂ ਨੂੰ ਪੈਨਸਲਾਂ ਦੀ ਸੰਖਿਆ ਨਾਲ ਗੁਣਾ ਕਰ ਦੇਣੀ ਹੈ ਤਾਂ ਆਪਾਂ ਪਤਾ ਕਰਨਾ ਹੈ ਨੰਬਰ of pencils ਪੈਨਸਲਾਂ ਦੀ ਗਿਣਤੀ ਇੱਕ ਬੱਚੇ ਨੂੰ ਦੇਣੀਆਂ ਨੇ 3 ਪੈਨਸਲਾਂ ਤੇ ਬੱਚੇ ਹੈਗੇ ਨੇ ਆਪਣੇ ਕੋਲੇ a ਸੌਰੀ a ਨੇ n ਨਹੀਂ ਹੈ a ਤੇ ਇਹਦਾ ਆਨਸਰ ਬਣ ਜਾਊਗਾ 3a ਠੀਕ ਹੈ ਹੁਣ ਜੇ ਤੁਹਾਨੂੰ ਸਮਝ ਆ ਗਿਆ ਨਾ ਤਾਂ ਵੀਡੀਓ ਨੂੰ ਰੋਕੋ ਅਗਲੇ 2-3 ਸਭ ਖੁਦ ਕਾਪੀ ਤੇ ਲਿਖ ਕੇ ਦੇਖੋ ਫਿਰ ਫੇਰ ਵੀਡੀਓ ਚਲਾ ਲਿਓ ਫਿਰ ਮੇਰੇ ਨਾਲ ਮੈਚ ਕਰ ਲਿਓ ਵੀ ਸਾਡੇ ਵੀ ਆਨਸਰ ਇੰਨੀ ਆਏ ਨੇ ਹਨਾ ਫੋਰਥ ਕੁਐਸਚਨ ਥੇਰ ਆਰ 8 ਪੈਨਸ ਇਨ ਅ ਪੈਨ ਸਟੈਂਡ ਤੁਹਾਡੇ ਕੋਲੇ ਇੱਕ ਪੈਨ ਸਟੈਂਡ ਹੈ ਉਹਦੇ ਵਿੱਚ ਤੁਹਾਡੇ 8 ਪੈਨਸ ਪਏ ਨੇ 1 2 3 4 5 6 7 8 ਤਾਂ ਕਹਿੰਦੇ ਵਾਟ ਇਜ਼ ਦਾ ਰੂਲ ਦੈਟ ਗਿਵਸ ਦਾ ਟੋਟਲ ਕਾਸਟ ਆਫ ਪੈਨਸ ਪੈਨਾਂ ਦੀ ਆਪਾਂ ਖਰਚਾ ਪਤਾ ਕਰਨਾ ਹੈ ਦੀ ਕਾਸਟ ਆਫ ਈਚ ਪੈਨ ਇਜ਼ ਰਿਪਰੈਜ਼ੈਂਟਡ ਬਾਈ ਦਾ ਵੇਰੀਏਬਲ ਸੀ ਜੇ ਹਰੇਕ ਪੈਨ ਦੀ ਕਾਸਟ ਸੀ ਰੁਪਏ ਆ ਮਤਲਬ ਇੱਕ ਪੈਨ ਜਿਹੜਾ ਹੈ ਉਹ ਸੀ ਰੁਪਿਆ ਦਾ ਆਉਂਦਾ ਤਾਂ ਕਹਿੰਦੇ ਦੱਸੋ 8 ਪੈਨ ਕਿੰਨੇ ਦੇ ਆਣਗੇ ਤਾਂ ਇਹਦਾ ਆਨਸਰ ਆਜੂਗਾ ਜੀ 8c ਤਾਂ ਕੀ ਲਿਖੋਗੇ ਟੋਟਲ ਕਾਸਟ ਆਫ ਪੈਨਸ ਪੈਨਾਂ ਦੀ ਕੁੱਲ ਲਾਗਤ ਵੀ ਕਹਿ ਸਕਦੇ ਹਾਂ ਕੁੱਲ ਕੀਮਤ ਵੀ ਕਹਿ ਸਕਦੇ ਹਾਂ ਠੀਕ ਹੈ ਕਿੰਨੀ ਹੋ ਜੂਗੀ 8c ਨੈਕਸਟ ਕੁਐਸਚਨ ਗੁਰਲੀਨ ਇਜ਼ ਡਰਾਇੰਗ ਪਿਕਚਰਸ ਬਾਈ ਜੁਆਇਨਿੰਗ ਡਾਟਸ ਤੋਂ ਗੁਰਲੀਨ ਇੱਕ ਬੱਚਾ ਹੈ ਉਹ ਡਾਟਸ ਨੂੰ ਜੁਆਇਨ ਕਰ ਕਰਕੇ ਪਿਕਚਰਸ ਬਣਾ ਰਹੀ ਹੈ ਟੂ ਮੇਕ ਵਨ ਪਿਕਚਰ ਸ਼ੀ ਹੈਜ਼ ਟੂ ਜੁਆਇਨ ਫਾਈਵ ਡਾਟਸ ਜੋਨੇ ਇੱਕ ਫੀ ਪਿਕਚਰ ਬਣਾਣੀ ਹੈ ਇੱਕ ਚਿੱਤਰ ਬਣਾਉਣਾ ਹੈ ਤਾਂ ਪੰਜ ਡਾਟਸ ਮਲਾਉਣੀਆਂ ਪੈਣਗੀਆਂ to find the rule that gives the number of dots if the number of pictures is represented by the symbol p ta kende jaso ki rule banunga number of dots da given da number of dots oh thanu dittiyan hoyian if the number of pictures represented by symbol p ta p pictures banoniyan ne one hun ik picture banan layi 5 dots lagdiyan ne pictures bananiyan ne p ta so, kinniyan ho jaan ge je number of pictures 5 ਬੀ ਕਲੀਅਰ ਹੋ ਗਿਆ ਜੀ ਨੈਕਸਟ ਕਾਸਟ ਆਫ ਅ ਡਜ਼ਨ ਬਨਾਨਸ ਇਜ਼ ਰੁਪੀਸ 50 ਇੱਕ ਦਰਜਨ ਕੇਲੇ ਖਰੀਦਨੇ ਨੇ 50 ਰੁਪਿਆ ਦੇ ਆਉਂਦੇ ਨੇ ਤਾਂ ਆਪਾਂ ਟੋਟਲ ਕਾਸਟ ਆਫ ਬਨਾਨਸ ਕੱਢਣੀ ਹੈ ਇਫ ਦੇ ਆਰ ਡੀ ਡਜ਼ਨ ਬਨਾਨਸ ਉਹਨੇ ਕਿੰਨੇ ਦਰਜਨ ਖਰੀਦੇ ਨੇ ਡੀ ਤਾਂ ਆਪਾਂ ਲਿਖਾਂਗੇ ਕਾਸਟ ਆਫ ਡੀ ਡਜ਼ਨਸ बनानाज इज़ फिफ्टी मल्टीप्लाई बाय डी यानी कि फिफ्टी डी ऊपर की, की लिखोगे डी दर्जन केल्या की कीमत ठीक है बेटा समझ आ गया नेक्स्ट नेक्स्ट नैक्सट लास्ट है अपना यह क्वेश्चन इन्हें क्या है ਲੁੱਕ ਐਟ ਦਾ ਫੋਲੋਇੰਗ ਮੈਸਟਿਕ ਪੈਟਰਨ ਆਫ ਸਕੇਅਰਸ ਗਿਵਨ ਬਿਲੋ ਕਹਿੰਦੇ ਜਿਹੜਾ ਨੀਚੇ ਪੈਟਰਨ ਬਣਿਆ ਉਹਨੂੰ ਧਿਆਨ ਨਾਲ ਦੇਖੋ ਦ ਸਕੇਅਰਸ ਆਰ ਨਾਟ ਸੈਪਰੇਟ ਐਸ देयर ਆਰ ਟੂ ਐਡਜੋਇਨ ਐਡਜੈਸੈਂਟ ਸਕੇਅਰਸ ਹੈਵ ਅ ਕਾਮਨ ਮੈਸਟਿਕ ਹੁਣ ਇਹਦੇ ਵਿੱਚ ਪ੍ਰੋਬਲਮ ਕੀ ਆਈ ਹੈ ਤੁਸੀਂ ਜਦੋਂ ਇੱਕ ਬਣਾਇਆ ਤਾਂ ਚਾਰ ਮੈਸਟਿਕ ਯੂਜ਼ ਕੀਤੀਆਂ ਨੇ ਜਦੋਂ ਦੂਜਾ ਬਣਾਇਆ ਤਾਂ ਇਹ ਵਾਲੀ ਸਾਈਡ ਕਹਿੰਦੇ ਕਾਮਨ ਆ ਗਈ ਦੋਨਾਂ ਕੋਲੇ ਅਲੱਗ-ਅਲੱਗ ਨਹੀਂ ਬਣੀਆਂ ਦੇਖੋ 1 2 3 4 5 6 7 ਜੇ ਪਹਿਲੇ ਵਿੱਚ 4 ਵਰਤੀਆਂ ਨੇ ਤਾਂ ਦੂਜੇ ਵਿੱਚ 8 ਵਰਤੀਆਂ ਚਾਹੀਦੀਆਂ ਸੀ ਪਰ ਨਹੀਂ ਵਰਤੀਆਂ ਕਿਉਂ ਕਿ ਉਹਨਾਂ ਨੇ ਇੱਕ ਕਾਮਨ ਲੈ ਲਈ ਆਹ ਸਾਂਝੀ ਹੀ ਲੈ ਲਈ ਉਹਦੇ ਨਾਲ ਹੀ ਦੂਜੀ ਜੁਆਇਨ ਕਰ ਲਈ ਤਾਂ ਦੂਜੇ ਪੈਟਰਨ 'ਚ ਉਹਨਾਂ ਨੇ ਵਰਤੇ 7 ਤੀਜੇ 'ਚ 1 2 3 4 5 6 7 8 9 10 ਤਾਂ ਤੀਜੇ 'ਚ ਉਹਨੇ ਕਿੰਨੀਆਂ ਵਰਤ ਲਈਆਂ 10 ਕਿਉਂ ਕਿ ਉਹ ਦੋ ਮੈਚ ਦੀ ਕਾਂਝੀਆਂ ਹੋ ਗਈਆਂ ਬਚਾਲੇ ਵਾਲੀਆਂ ਠੀਕ ਹੈ ਹੁਣ ਆਪਾਂ ਇਹਦਾ ਇੱਕ ਰੂਲ ਬਣਾਣਾ ਅਬਜ਼ਰਵ ਦਾ ਪੈਟਰਨ ਐਂਡ ਫਾਈਂਡ ਦਾ ਰੂਲ ਥੈਟ ਗਿਵਸ ਨੰਬਰ ਆਫ ਮੈਚ ਸਟਿਕਸ ਇਨ ਟਰਮਸ ਆਫ ਨੰਬਰ ਆਫ ਸਕੁਅਰਸ ਤਾਂ ਕਿ ਸਾਨੂੰ ਸਾਰਾ ਪਤਾ ਲੱਗ ਜਵੇ ਕਿ ਰੂਲ ਬਣ ਜਵੇ ਕਿ ਹਾਂਜੀ ਜੇ ਆਪਾਂ ਇਸ ਤੋਂ ਜ਼ਿਆਦਾ ਪੈਟਰਨ ਬਣਾਉਣੇ ਨੇ ਤਾਂ ਕੀ ਫਾਰਮੂਲੇ ਦੇ ਵਿੱਚ ਪੁੱਟ ਕਰਨਾ ਪਊਗਾ ਇਹਦਾ ਹੁਣ ਤਰੀਕਾ ਕੀ ਹੈ ਬੇਟਾ ਆਪਣੀਆਂ ਤਿੰਨ ਤਿੰਨ ਤਾਂ ਹਰੇਕ ਚ ਲੱਗ ਰਹੀਆਂ ਨੇ ਨਾ ਅਗਲੇ ਵਾਲਿਆਂ ਦੇ ਵਿੱਚ ਇੱਕ ਸਾਂਝੀ ਹੋ ਰਹੀ ਹੈ ਤਾਂ ਇਹਦਾ ਤਰੀਕਾ ਬਣ ਜੂਗਾ 3x 1 ਕਿਵੇਂ ਜੇ ਤੁਸੀਂ ਇੱਕ ਮੈਚ ਇੱਕ ਸਕੁਅਰ ਬਣਾਣਾ ਤਾਂ ਇੱਥੇ ਇੱਕ ਭਰਾਂਗੇ ਤਿੰਨ ਨੂੰ ਇੱਕ ਨਾਲ ਗੁਣਾ ਕੀਤੀ 3 1 3 3 1 ਕਿੰਨੇ ਹੋਗੇ 4 ਦੇਖੋ ਤੁਸੀਂ ਪਹਿਲੇ ਦੇ ਵਿੱਚ 4 ਹੀ ਲਾਈਆਂ ਹੁਣ ਜਦੋਂ ਤੁਸੀਂ ਦੋ ਪੈਟਰਨ ਬਣਾਉਣੇ ਨੇ ਦੋ ਸਕੁਅਰਸ ਬਣਾਉਣੀਆਂ ਨੇ ਤਾਂ 3 2 6 6 ਤੇ 1 7 ਹਾਂਜੀ ਆਪਣੇ ਦੂਜੇ ਦੇ ਵਿੱਚ 7 ਹੀ ਆਈਆਂ ਨੇ ਤਾਂ ਬੇਟਾ ਸਹੀ ਰੂਲ ਕੀ ਬਣ ਗਿਆ ਆਪਣੇ ਕੋਲੇ 3x 1 ਤਾਂ ਇਹ ਸੀਗੀ ਬੇਟਾ ਤੁਹਾਡੀ ਐਕਸਰਸਾਈਜ਼ ਕੰਪਲੀਟ 7.1 ਇਹਨੂੰ ਆਪਣੀਆਂ ਨੋਟਬੁਕਸ ਤੇ ਵੀ ਪੂਰਾ ਕਰ ਲੈਣਾ ਤੇ ਇਹਦੀ ਚੰਗੀ ਤਰ੍ਹਾਂ ਤਿਆਰੀ ਕਰ ਲੈਣੀ ਹੈ ਜਲਦੀ ਮਿਲਦੇ ਆਪਾਂ ਬੇਟਾ ਇਸ ਤੋਂ ਨੈਕਸਟ ਐਕਸਰਸਾਈਜ਼ ਨਾਲ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਆਪਣੇ ਜਿਹੜੇ ਹੋਰ ਫਰੈਂਡਸ 6th ਕਲਾਸ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਵੀ ਵੀਡੀਓਜ਼ ਸ਼ੇਅਰ ਕਰ ਦਿਆ ਕਰੋ ਬਾਏ ਬੇਟਾ